ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਸਾਰੇ ਵਧੀਆ ਹੋਵੋਗੇ। ਇੱਕ ਉੜਦੀ ਖਬਰ ਆਈ ਹੈ ਜੀ, ਜਿਸ ਦਿਨ ਸੁੱਚਾ ਸੂਰਮਾ ਰਿਲੀਜ਼ ਹੋਣੀ ਹੈ ਉਸ ਦਿਨ ਦੀ ਲੈਜੜੋ ਮੋਲਾ ਜੱਟ ਵੀ ਰਿਲੀਜ਼ ਹੋ ਸਕਦੀ ਹੈ। ਓਫੀਸ਼ੀਅਲ ਅਨਾਊਂਸਮੈਂਟ ਤਾਂ ਨਹੀਂ ਆਈ ਉਸ ਦੀ, ਪਰ ਖਬਰ ਆ ਰਹੀ ਹੈ ਅਤੇ ਕਾਫੀ ਮੀਡੀਆ ਵਿੱਚ ਇਹਦੀ ਚਰਚਾ ਵੀ ਹੋ ਰਹੀ ਆ। ਅਤੇ ਜੇ ਫਿਲਮਾਂ ਰਿਲੀਜ਼ ਹੁੰਦੀਆਂ ਨੇ ਦੋਵੇਂ ਜਣੇ, ਇੱਕ ਬਿੱਗ ਕਲੈਸ਼ ਦੇਖਣ ਨੂੰ ਮਿਲੂਗਾ, ਕਿਉਂਕਿ ਸੁੱਚਾ ਸੂਰਮਾ ਦੀ ਵੀ ਇੱਕ ਲਹਿਰ ਚੱਲੀ ਹੋਈ ਆ। ਦੀ ਲੈਜੜੋ ਮੋਲਾ ਜੱਟ ਦੀ ਤਾਂ ਆਲਰੇਡੀ ਇੱਕ ਲਹਿਰ ਬਣੀ ਹੋਈ ਹੈ, ਕਿਉਂਕਿ ਉਹ ਬਹੁਤ ਵਧੀਆ ਫਿਲਮ ਆ, ਹਾਈ ਬਜਟ ਆ, ਉਹਦੀ ਟੈਕਨੀਕਲੀ ਉਹ ਸਟਰੋਂਗ ਫਿਲਮ ਆ। ਜੇ ਆਪਾਂ ਸੁੱਚਾ ਸੂਰਮਾ ਦੀ ਗੱਲ ਕਰੀਏ ਤਾਂ ਟੈਕਨੀਕਲੀ ਇਹ 10 ਕਰੋੜ ਦੇ 12 ਕਰੋੜ ਦੇ ਬਜਟ ਦੇ ਆਸ ਪਾਸ ਆ, ਅਤੇ ਮੋਲਾ ਜੱਟ 50 ਕਰੋੜ ਦੇ ਆਸ ਪਾਸ ਫਿਲਮ ਆ। ਅਤੇ ਦੋਵੇਂ ਫਿਲਮਾਂ ਵਧੀਆ ਨੇ, ਦੋਵੇਂ ਪੰਜਾਬੀ ਨੇ। ਜੇ ਇਹ ਚੀਜ਼ ਹੁੰਦੀ ਆ, ਕਲੈਸ਼ ਹੁੰਦਾ, ਤਾਂ ਇਹਦਾ ਮਤਲਬ ਨਹੀਂ ਵੀ ਤੁਸੀਂ ਇੱਕ ਚੀਜ਼ ਫਿਲਮ ਦੇਖ ਜਾਓ। ਮੈਂ ਆਡੀਅੰਸ ਨੂੰ ਇਹੀ ਕਹੂੰਗਾ ਵੀ ਦੋਨੇ ਫਿਲਮਾਂ ਦੇਖਿਓ, ਕਿਉਂਕਿ ਦੋਨਾਂ ਫਿਲਮਾਂ ਪੰਜਾਬੀ ਨੇ, ਜ਼ਰੂਰੀ ਆ। ਐ ਨਾ ਹੋ ਜਾਵੇ ਵੀ ਜੇ ਕਲੈਸ਼ ਹੁੰਦਾ ਵੀ ਬਾਏ ਚਾਂਸ, ਮੈਂ ਕਹਿੰਦਾ ਕਲੈਸ਼ ਨਾ ਹੋਵੇ। ਸੋ ਮੋਲਾ ਜੱਟ ਥੋੜ੍ਹੀ ਜੇ ਆਉਣੀ ਆ ਤਾਂ ਅਕਤੂਬਰ ਨੂੰ ਆ ਜਾਵੇ ਜਾਂ ਨਵੰਬਰ ਨੂੰ ਆ ਜਾਵੇ। ਮੈਂ ਨਹੀਂ ਚਾਹੁੰਦਾ ਕਿ ਦੋਵਾਂ ਫਿਲਮਾਂ 'ਚ ਕਲੈਸ਼ ਹੋਵੇ। ਜੇ ਕਲੈਸ਼ ਹੋਊਗਾ ਤਾਂ ਆਡੀਅੰਸ ਦਾ ਵੀ ਡਿਵਾਈਡ ਹੋਣਾ ਬਣਦਾ ਹੈ। ਕਈ ਵਾਰ ਹੋ ਸਕਦਾ ਕਿ ਆਡੀਅੰਸ ਦੋ ਫਿਲਮਾਂ ਦੇਖੇ, ਪਰ ਇਹ ਬਹੁਤ ਘੱਟ ਚਾਂਸ ਹੁੰਦੇ ਆ। ਅਤੇ ਇਹੀ ਮੈਂ ਚਾਹੁੰਦਾ ਵੀ ਤੁਸੀਂ ਜੇ ਸੁੱਚਾ ਸੂਰਮਾ ਫਿਲਮ ਦੇਖਣ ਜਾਓਗੇ, ਜੇ ਵੈਸੇ ਤਾਂ ਸ਼ਾਇਦ ਨਾ ਰਿਲੀਜ਼ ਹੋਵੇ, ਜੇ ਹੁੰਦੀ ਆ ਮੋਲਾ ਜੱਟ ਉਸ ਦਿਨ ਰਿਲੀਜ਼, ਤਾਂ ਦੋਵੇਂ ਫਿਲਮਾਂ ਦੇਖਣ ਜਾਇਓ। ਨਹੀਂ ਤਾਂ ਬੋਕਸ ਆਫਿਸ ਨੂੰ, ਸਾਡੀ ਪੰਜਾਬੀ ਆਡੀਅੰਸ ਨੂੰ ਵੀ ਹੋਊਗਾ ਵੀ ਸਾਰੇ ਕੰਪੇਰੀਜ਼ਨ ਤਾਂ ਨਹੀਂ ਕਰ ਸਕਦੇ। ਦੋਵੇਂ ਫਿਲਮਾਂ ਵਧੀਆ ਨੇ ਆਪਣੀ ਜਗ੍ਹਾ ਦੇ, ਆਪਣੇ ਆਪਣੇ ਬਜਟ 'ਤੇ। ਜੇ ਆਪਾਂ ਗੱਲ ਕਰੀਏ ਸੁੱਚਾ ਸੂਰਮਾ ਦੀ, ਉਹ ਆਪਣੇ ਮੁਤਾਬਿਕ ਠੀਕ ਹੈ, ਉਹ ਇੱਕ ਰੀਅਲ ਪਰਸਨ ਉੱਤੇ ਬਣੀ ਹੈ। ਅਤੇ ਜੇ ਗੱਲ ਕਰੀਏ ਆਪਾਂ ਮੋਲਾ ਜੱਟ ਦੀ, ਉਹ ਆਪਣੀ ਜਗ੍ਹਾ 'ਤੇ ਬਿਲਕੁਲ ਸਹੀ ਹੈ। ਅਤੇ ਮੈਨੂੰ ਇਸ ਗੱਲ ਦੀ ਇਹ ਹੈਰਾਨਗੀ, ਕਿਉਂਕਿ 2 ਸਾਲ ਤੋਂ ਫਿਲਮ ਲਟਕ ਰਹੀ ਸੀ ਮੋਲਾ ਜੱਟ ਰਿਲੀਜ਼ ਹੋਣ ਤੋਂ, ਕਿਉਂਕਿ ਪਾਕਿਸਤਾਨੀ ਫਿਲਮ ਹੈ, ਇੰਡੀਆ 'ਚ ਨਹੀਂ ਰਿਲੀਜ਼ ਕੀਤੀ ਜਾ ਰਹੀ ਸੀਗੀ। ਪਹਿਲਾਂ ਉਹ ਪਿਛਲੇ ਸਾਲ ਰਿਲੀਜ਼ ਹੋਣੀ ਸੀਗੀ ਪਰ ਨਹੀਂ ਹੋਈ। ਪਰ ਇਸ ਟਾਈਮ ਉਹਦੀਆਂ ਹੁਣ ਉੜਦੀਆਂ ਖਬਰਾਂ ਕਿਉਂ ਆ ਰਹੀਆਂ ਨੇ ਵੀ ਉਹ 20 ਸਤੰਬਰ ਨੂੰ ਰਿਲੀਜ਼ ਕਰਨੀ ਹੈ, ਜਿਸ ਦਿਨ ਸੁੱਚਾ ਸੂਰਮਾ ਵੀ ਆ ਰਹੀ ਹੈ। ਹੁਣ ਸੁੱਚਾ ਸੂਰਮਾ ਦੀ ਗੱਲ ਕਰੀਏ, ਇਹ ਵੀ 2019 ਦੀ ਬਣੀ ਹੋਈ ਹੈ ਫਿਲਮ। ਕਰੋਨਾ ਕਰਕੇ, ਪੈਂਡੇਮਿਕ ਕਰਕੇ ਅਤੇ ਕਿਸਾਨ ਅੰਦੋਲਨ ਕਰਕੇ ਇਹ ਫਿਲਮ ਵੀ ਰਹੀ। ਉਸ ਤੋਂ ਬਾਅਦ ਥੋੜ੍ਹਾ ਜਿਹਾ ਪ੍ਰੋਡਿਊਸਰਾਂ ਕਰਕੇ ਇਹ ਫਿਲਮ ਫਸੀ ਰਹੀ। ਹੁਣ ਇਹ ਫਿਲਮ ਆ ਰਹੀ, ਇਹਦੀ ਲਹਿਰ ਬਣੀ ਹੋਈ ਸੀ, ਇਹਦਾ ਥੀਮ ਇੰਨਾ ਚੱਲਿਆ ਸੀਗਾ, ਇੱਕਦਮ ਉਸ ਤੋਂ ਬਾਅਦ ਹੀ ਉਹ ਖਬਰਾਂ ਆਉਣ ਲੱਗ ਗਈ ਵੀ ਜ਼ੀ ਸਟੂਡੀਓ ਨੇ ਦੀ ਲੈਜੜੋ ਮੋਲਾ ਜੱਟ ਦੇ ਰਾਈਟਸ ਖਰੀਦ ਲਏ ਅਤੇ ਫਿਲਮ 20 ਸਤੰਬਰ ਨੂੰ ਰਿਲੀਜ਼ ਕਰ ਸਕਦੇ ਆ। ਪਰ ਓਫਿਸ਼ਲ ਆਈ ਨਹੀਂ। ਉੱਥੇ ਲੋਕਾਂ ਨੇ ਕਮੈਂਟ ਕੀਤੇ, ਜੇ ਫਿਲਮ ਆ ਰਹੀ ਹੈ ਤਾਂ ਸਾਨੂੰ ਹਿੰਦੀ ਜਾਂ ਉਰਦੂ 'ਚ ਡੱਬ ਕਰਕੇ ਦਿਉ, ਪੰਜਾਬੀ ਸਾਨੂੰ ਸਮਝ ਨਹੀਂ ਆਉਂਦੀ। ਚਲੋ ਹਰੇਕ ਦੀ ਆਪਣੀ ਆਡੀਅੰਸ ਆ, ਹੈ ਨਾ, ਜਿਹਨੂੰ ਜਿਵੇਂ ਦੇਖਣੀ ਉਵੇਂ ਕਰ ਸਕਦਾ। ਸ਼ਾਇਦ ਇਹ ਹੋ ਸਕਦਾ ਵੀ ਜੀ ਸਟੂਡੀਓ ਵਾਲੇ ਉਹਨੂੰ ਡੱਬ ਕਰਕੇ ਰਿਲੀਜ਼ ਕਰਨਾ ਵੀ ਵਧੀਆ ਗੱਲ ਹੈ। ਪਰ ਮੈਂ ਇਹੀ ਚਾਹਾਂਗਾ ਕਿ ਤੁਸੀਂ ਜਦੋਂ ਸੁੱਚਾ ਸੂਰਮਾ ਦੇਖਣ ਜਾਓਗੇ ਤਾਂ ਜੇ ਮੋਲਾ ਜੱਟ ਹੁੰਦੀ ਹੈ ਰਿਲੀਜ਼, ਉਹ ਵੀ ਦੇਖਣ ਜਾਇਓ। ਆਓ ਆਪਾਂ ਇੱਕ ਵਾਰ ਰਿਵਿਊ ਕਰੀਏ ਇਹਦਾ, ਇੱਕ ਵਾਰ ਇੱਕ ਮੈਂ ਰਿਐਕਸ਼ਨ ਕਰੀਏ ਸੁੱਚਾ ਸੂਰਮਾ ਦਾ। ਉਹ ਜਵਾਨਾ, ਆਪਣੇ ਰਸਾਲੇ ਨੂੰ ਤਾਂ ਫਰਾਂਸ ਜੰਗ 'ਚ ਘੱਲਣ ਦੀ ਤਿਆਰੀ ਹੋ ਰਹੀ ਹੈ, ਤੂੰ ਕਹਿੰਦਾ ਛੁੱਟੀ ਚਾਹੀਦੀ। ਜੇ ਮੈਂ ਗੱਲ ਕਰਾਂ ਇਸ ਫਿਲਮ ਦੇ ਰਿਐਕਸ਼ਨ ਦੇ ਨਾਲ, ਰਿਵਿਊ ਵੀ ਮੈਂ ਆਪਣਾ ਦੇ ਰਿਹਾ ਵਾਂ, ਵੀ ਸਿਨੇਮੈਟੋਗ੍ਰਾਫੀ ਬਹੁਤ ਵਧੀਆ ਆ। ਕੁਛ ਮੈਨੂੰ ਕਲਰ ਦਾ ਲੱਗ ਰਿਹਾ, ਕਲਰ ਬ੍ਰਾਈਟ ਜ਼ਿਆਦਾ ਨੇ, ਕੁਛ ਅੱਖਾਂ ਨੂੰ ਜ਼ਿਆਦਾ ਕਰ ਰਹੇ ਨੇ। ਕਲਰ ਪੱਖੋਂ ਮੈਂ ਕੁਛ ਕਹਿ ਸਕਦਾ, ਕਲਰ ਇਹ ਨਹੀਂ ਕਹਿ ਰਿਹਾ ਵੀ ਕਲਰ ਮਾੜੇ ਨੇ, ਕਲਰ ਬਹੁਤ ਸਹੀ ਨੇ, ਵਧੀਆ ਨੇ, ਪਰ ਕੁਛ ਲੱਗ ਰਿਹਾ ਕੁਛ ਜ਼ਿਆਦਾ ਬ੍ਰਾਈਟ ਕੀਤੇ ਹੋਏ ਆ, ਹੋਰ ਕੁਛ ਨਹੀਂ ਬਾਕੀ ਦਿੱਕਤ। ਅਤੇ ਇੰਨੇ ਤੱਕ ਸਭ ਸਹੀ ਹੈ। ਸੁੱਚਿਆ ਹਾਂ, 1915
ਆ ਵੀ ਸੀਨ ਵਧੀਆ ਹੀ ਹੈ ਨੋ ਡਾਊਟ। ਜੇ ਖਿੱਚ ਕੇ ਧਰਤੀ ਤੇ ਪੈਰ ਮਾਰਾ ਨਾ ਤੇ ਅੱਧਾ ਪਿੰਡ ਭਜਾ ਦੂ। ਨਜ਼ਰ ਲਾ ਕੇ ਕਿਸੇ ਦੀ ਇਸ ਘਰ ਦੀਆਂ ਖੁਸ਼ੀਆਂ ਨੂੰ। ਜਿਸ ਦਿਨ ਤੀਮੀ ਨੂੰ ਕਹਿਣ ਦਾ ਹੱਕ ਮਿਲ ਗਿਆ ਨਾ, ਉਸ ਦਿਨ ਸੂਰਜ ਦੂਜੇ ਪਾਸਿਓਂ ਚੜ ਜੂ। ਲੈ ਚੜ ਗਿਆ ਸੂਰਜ ਦੂਜੇ ਪਾਸਿਓਂ। ਬੋਲ ਬੋਲ ਸੁੱਚੇ ਤੇ ਕੁੱਕਰ ਦੀ ਯਾਰੀ ਦੀਆਂ ਗੱਲਾਂ ਸੱਤਾ ਪਿੰਡਾਂ ਚ ਹੁੰਦੀਆਂ ਸੀ, ਹੁਣ ਉਹਨਾਂ ਦੇ ਵੈਰ ਦੀਆਂ ਹੁੰਦੀਆਂ। ਭਾਈ ਅੱਧਾ ਪਿੰਡ ਤਾਂ ਫੱਟੜ ਹੋਇਆ ਫਿਰਦਾ। ਭਾਈ ਚਾਹੇ ਸਾਰਾ ਹੋ ਜੇ, ਹੁਣ ਤਾਂ ਕਤਲ ਹੋਣ ਕੇ ਕਤਲ। ਇੱਥੇ ਕੀ ਲੈਣਾ ਹੈ? ਪੱਗ ਲੈਣਾ ਹੈ। ਭੁਲਕੇ ਵੀ ਮਪਾਲ ਪੱਤੀ ਪੈਰ ਨਾ ਪਾਈ, ਜਾਏਗਾ ਗੋਡਿਆਂ ਤੇ ਜਾਏਗਾ ਮੋਢਿਆਂ ਤੇ। ਐਡਾ ਕੱਠ ਮਾਰਨ ਦੀ ਕੀ ਲੋੜ ਸੀ? ਉਹ ਕਹਿਣਗੇ ਵੀ ਕੁੱਕਰ ਡਰ ਗਿਆ। ਚਲੋ ਸਾਰੇ ਹਸ਼ਰ ਤੋਂ ਬਾਅਦ ਏਕਮ 'ਚ ਵੀ ਫਿਲਮ ਵਿੱਚ ਵੀ ਡੈਲੋਗ ਡਿਲੀਵਰੀ ਠੀਕ ਸੀ, ਅਤੇ ਉਸ ਤੋਂ ਬਾਅਦ ਜੇ ਕੁਛ ਫਿਲਮਾਂ ਆਈਆਂ ਵਿੱਚ, ਜੇ ਕਦੇ ਕਰੀਏ ਹੀਰੋ ਹਿਟਲਰ ਇਨ ਲਵ, ਦੇਸੀ ਰੋਮੀਓਜ਼, ਉਹਦੇ ਵਿੱਚ ਵੀ ਕਮੀ ਪੇਸ਼ੀ ਲੱਗ ਰਹੀ ਸੀ ਫਿਲਮਾਂ 'ਚ। ਬਾਜ਼ ਫਿਲਮ 'ਚ ਵੀ ਵਧੀਆ ਡੈਲੋਗ ਡਿਲੀਵਰੀ ਕੀਤੀ ਗਈ, ਐਕਟਿੰਗ ਵਧੀਆ ਕੀਤੀ ਗਈ ਬੂਮਾਂ ਤੋਂ। ਉਸ ਤੋਂ ਬਾਅਦ ਜਿਹੜੀ ਬਣਜਾਰਾ ਆਈ ਸੀ ਉਹ 'ਚ ਵੀ ਬਹੁਤ ਕਮੀਆਂ ਸੀਗੀਆਂ ਡੈਲੋਗ ਡਿਲੀਵਰੀ ਨੂੰ ਲੈ ਕੇ, ਟੈਕਨੀਕਲੀ ਨੂੰ ਲੈ ਕੇ, ਪਰ ਇਸ ਵਾਰ ਖੁਸ਼ ਹੈ, ਫੈਨਸ ਵੱਲੋਂ ਤਾਂ ਬਹੁਤ ਖੁਸ਼ੀ ਹੈ ਵੀ ਇਸ ਵਾਰ ਬੂਮਾਂ ਦੀ ਵਾਪਸੀ ਹੋ ਰਹੀ ਹੈ। ਬੂਮਾਂ ਦੀ ਐਕਟਿੰਗ, ਬੂਮਾਂ ਦੀ ਡੈਲੋਗ ਡਿਲੀਵਰੀ ਵੀ ਬਹੁਤ ਸਹੀ ਜਾ ਰਹੀ ਹੈ, ਅਤੇ ਡਾਇਲੋਗ ਵੀ ਬਹੁਤ ਵਧੀਆ ਰੱਖੇ ਨੇ, ਅਤੇ ਇਸ ਵਾਰ ਦਾ ਕਮਬੈਕ ਵਧੀਆ ਹੋ ਰਿਹਾ ਬਾਈ। ਸ਼ੁਕਰ ਹੈ, ਨਹੀਂ ਤਾਂ ਕਦੇ ਕਦੇ ਹੁੰਦਾ ਵੀ ਯਾਰ ਉਹ ਐਕਟਿੰਗ ਨਹੀਂ ਕਰ ਰਿਹਾ, ਉਹਦੀ ਉਹ ਚੀਜ਼ ਨਹੀਂ ਨਿਕਲ ਕੇ ਆ ਰਹੀ, ਪਰ ਇਸ ਵਾਰ ਵਧੀਆ ਪਰਫੋਰਮੈਂਸ ਨਿਕਲ ਗਿਆ। ਇਸ ਵਾਰ ਬੂਮਾਂ ਨਹੀਂ, ਸੁੱਚਾ ਸੂਰਮਾ ਹੀ ਲੱਗ ਰਿਹਾ। ਔਰ ਤੁਸੀਂ ਆਹ ਸ਼ੋਟ ਦੇਖ ਸਕਦੇ ਹੋ, ਉਹਦੇ ਵਿੱਚ ਕਾਲੀ ਬਿੱਲੀ ਦਿਖਾਈ ਗਈ ਹੈ, ਮਤਲਬ ਕੁਛ ਬੁਰਾ ਹੋਣ ਲੱਗਿਆ। ਇੱਕ ਦੇਖੋ ਪੁਆਇੰਟ ਦੇਖੋ, ਔਰ ਉਹਦੀ ਬਿੱਲੀ ਦੀ ਆਵਾਜ਼ ਵਿੱਚ ਬੈਕਗਰਾਊਂਡ 'ਚ ਪਾਉਣੀ, ਅਤੇ ਬੈਕਗਰਾਊਂਡ ਮਿਊਜ਼ਿਕ ਬਹੁਤ ਜ਼ਿਆਦਾ ਵਧੀਆ ਇਹਦਾ। ਅਤੇ ਮੈਂ ਪੜ੍ਹਿਆ ਸੀਗਾ ਵੀ ਬੈਕਗਰਾਊਂਡ ਸਕੋਰ ਕੌਣ ਕਿਹਨੇ ਕੀਤਾ ਹੈ, ਜਿਸ ਬੰਦੇ ਨੇ ਬੈਕਗਰਾਊਂਡ ਸਕੋਰ ਕੀਤਾ ਨਾ, ਉਸ ਬੰਦੇ ਨੇ ਹੀ ਆਸ਼ਰਮ ਫਿਲਮ ਦਾ ਵੀ ਬੈਕਗਰਾਊਂਡ ਸਕੋਰ ਕੀਤਾ, ਮਤਲਬ ਬੈਕਗਰਾਊਂਡ ਮਿਊਜ਼ਿਕ ਕੀਤਾ ਹੈ। ਸੋ ਅੱਗੇ ਦੇਖਦੇ ਹਾਂ। ਸੁੱਚਾ ਸੂਰਮਾ ਕੱਲਾ ਹੀ ਆ ਗਿਆ, ਕਿੱਥੇ ਰਹਿ ਤੇਰੇ ਹਮਾਇਤੀ? ਸ਼ੇਰ ਕੱਲਾ ਹੀ ਹੁੰਦਾ ਕੁਕਰਾ, ਸ਼ੇਰ ਕੱਲਾ ਹੀ ਹੁੰਦਾ ਕੁਕਰਾ ਕੁੱਕਰ। ਸੋ ਮੈਨੂੰ ਤਾਂ ਯਾਰ ਟ੍ਰੇਲਰ ਬਹੁਤ ਵਧੀਆ ਲੱਗਿਆ,
ਤੇ ਇਹਦੀ ਟ੍ਰੇਲਰ ਕੱਟ ਜਿੱਥੇ ਉਹ ਇੱਕਦਮ ਗਾਣੇ ਤੋਂ ਬਾਅਦ ਸ਼ਗਨ ਵਾਲੇ ਗੀਤ ਆ ਜਾਂਦੇ ਉੱਥੇ ਥੋੜ੍ਹਾ ਜਿਹਾ ਜਰਕੇ ਲੱਗਦਾ ਸੀ ਮੈਨੂੰ, ਬਾਕੀ ਸਭ ਟ੍ਰੇਲਰ ਕੱਟ ਵਧੀਆ ਉੱਥੋਂ ਥੋੜ੍ਹਾ ਜਿਹਾ ਲੱਗਿਆ ਸੀ ਮੈਨੂੰ, ਬਾਕੀ ਸਹੀ ਹੈ, ਬਹੁਤ ਚੰਗੀ ਤਰ੍ਹਾਂ ਟ੍ਰੇਲਰ ਕੱਟ ਕੀਤਾ ਗਿਆ ਇਹਦਾ। ਪਰ ਫਿਰ ਵੀ ਮੈਂ ਇੰਨਾ ਕਹੂੰਗਾ ਵੀ ਸੱਚੀ ਫਿਲਮ ਬਹੁਤ ਵਧੀਆ, ਤੁਸੀਂ ਜ਼ਰੂਰ ਦੇਖਣ ਜਾਓ। ਫਿਲਮ 'ਚ ਹੈ ਅੱਗ, ਅੱਗ ਤਾਂ ਹੈ, ਦੇਖਣੀ ਤਾਂ ਲੜਾਈ ਆ, ਤਰ੍ਹਾਂ ਲੜਾਈ ਦੇਖਣੀ ਆ ਬਸ। ਬਹੁਤ ਟਾਈਮ ਹੋ ਗਿਆ ਵੂਮਨ ਨੂੰ ਸਕਰੀਨ 'ਚ ਨਹੀਂ ਦੇਖਿਆ ਸੀ, ਹੈ ਨਾ, ਉਹ ਫਾਈਟ ਕਰਦੇ ਨਹੀਂ ਦੇਖਿਆ ਸੀਗਾ। ਪਰ ਹੁਣ ਵੇਟ ਇਜ਼ ਓਵਰ, ਮੈਂ ਵੀ ਇਸ ਫਿਲਮ ਦੀ 4 ਸਾਲਾਂ ਤੋਂ ਵੇਟ ਕਰਦਾ ਸੀ, ਨਾ ਸੁਣਿਆ ਵੀ ਆ ਰਹੀ ਆ ਮੁਮਤਾਜ਼ ਮਾਨ ਨਾਲ ਆ ਰਹੀ ਆ, ਹਮ ਆਏ ਤੋਂ ਬਾਅਦ ਇਹਨਾਂ ਦੀ ਹੁਣ ਇਹ ਦੂਜੀ ਫਿਲਮ ਆ। ਸੋ ਮੈਂ ਵੀ ਬਹੁਤ ਐਕਸਾਈਟਡ ਸੀਗਾ। ਜੇ ਤੁਸੀਂ ਵੀ ਪਿਆਰ ਕਰਦੇ ਹੋ ਵੂਮਨ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਲਾਈਕ ਕਮੈਂਟ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਧੰਨਵਾਦ।